ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਦੋਸਤੋ, ਪੰਜਾਬ ਪੁਲਿਸ ਦੇ ਕਾਰਨਾਮਿਆਂ ਦੀ ਗੱਲ ਕਰੀਏ ਤਾਂ ਆਏ ਦਿਨ ਵੱਡੇ ਵੱਡੇ ਕਾਰਨਾਮੇ ਕਰਦੇ ਹੀ ਰਹਿੰਦੇ ਨੇ ਔਰ ਪਬਲਿਕ ਵੀ ਅੱਜ ਕੱਲ੍ਹ ਬੜੀ ਸੁਚੇਤ ਹੋ ਚੁੱਕੀ ਹੈ ਔਰ ਪੁਲਿਸ ਦੀ ਹਰ ਇੱਕ ਮਤਲਬ ਮੂਵਮੈਂਟ ਤੇ ਉਹ ਵੀ ਨਜ਼ਰ ਰੱਖਦੀ ਹੈ। ਲੇਕਿਨ ਜਿਹੜੀ ਖਬਰ ਦੇ ਨਾਲ ਮੈਂ ਆਪ ਸਭ ਨੂੰ ਰੂਬਰੂ ਕਰਵਾਉਣ ਜਾ ਰਿਹਾ ਉਹ ਗੁਰਦਾਸਪੁਰ ਤੋਂ ਖਬਰ ਹੈ ਇੱਕ ਟ੍ਰੈਫਿਕ ਪੁਲਿਸ ਵਾਲੇ ਦੀ, ਜਿਹੜਾ ਕਿ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਦਾ ਹੈ ਔਰ ਡਿਊਟੀ ਦੇ ਦੌਰਾਨ ਉਸ ਨੂੰ ਬਹੁਤ ਸਾਰੇ ਪਰਸ ਮਿਲੇ ਨੇ, ਮੋਬਾਈਲ ਮਿਲੇ ਨੇ, ਹੋਰ ਸਮਾਨ ਬਹੁਤ ਮਿਲਿਆ, ਲੇਕਿਨ ਉਹ ਸਮਾਨ ਉਹ ਪਰਸ ਪਤੇ ਦੇ ਆਧਾਰ ਤੇ ਉਹਨਾਂ ਦੇ ਘਰ ਪਹੁੰਚਾ ਦਿੰਦੇ ਨੇ। ਉਹਨਾਂ ਨੇ ਆਪ ਦੱਸਿਆ ਕਿ ਕਾਫੀ ਵਾਰ ਮੈਨੂੰ ਬਹੁਤ ਕੁਝ ਮਿਲਿਆ। ਲੇਕਿਨ ਦੋਸਤੋ, ਇਸ ਪੁਲਿਸ ਵਾਲੇ ਦੀਆਂ, ਟ੍ਰੈਫਿਕ ਪੁਲਿਸ ਵਾਲੇ ਦੀਆਂ ਮਤਲਬ ਇਮਾਨਦਾਰੀ ਦੀਆਂ ਜਿਹੜੀਆਂ ਗੱਲਾਂ, ਜਿੱਥੇ ਚਾਰ ਨੌਜਵਾਨ ਬਜ਼ੁਰਗ ਬੈਠਦੇ ਨੇ, ਨੌਜਵਾਨ ਬੈਠਦੇ ਨੇ, ਉੱਥੇ ਇਸ ਦੀ ਇਮਾਨਦਾਰੀ ਦੀਆਂ ਗੱਲਾਂ ਜ਼ਰੂਰ ਹੁੰਦੀਆਂ। ਹਾਲਾਂਕਿ ਕਈ ਸੰਸਥਾਵਾਂ ਵੱਲੋਂ ਇਸ ਨੌਜਵਾਨ ਨੂੰ, ਇਸ ਟ੍ਰੈਫਿਕ ਪੁਲਿਸ ਵਾਲੇ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਲੇਕਿਨ ਉਹ ਪੁਲਿਸ ਵਾਲੇ ਨੇ ਕੀ ਕਿਹਾ ਔਰ ਉਹਨਾਂ ਦੇ ਆਫਿਸਰ ਨੇ ਆਪਣੇ ਇਸ ਸਿਪਾਹੀ ਬਾਰੇ ਕੀ ਕਿਹਾ, ਸੁਣੋ ਤੁਸੀਂ। ਮੈਂ ਦੌਰਾਨ ਮੈਂ ਨਾਲ ਡਿਊਟੀ ਕਰਦਾ ਗਾ ਚੌਂਕ, ਅਤੇ ਡਿਊਟੀ ਦੌਰਾਨ ਕਈ ਵਾਰ ਪਰਸ ਮਿਲੇ ਆ, ਲੋਕਾਂ ਨੇ ਮੋਬਾਇਲ ਮਿਲੇ ਆ, ਦੋ ਵਾਰੀ ਪੈਸੇ ਮਿਲੇ, ਇੱਕ ਵਾਰੀ 20,000, ਇੱਕ ਵਾਰੀ 35,000 ਮਿਲਿਆ ਜੀ। ਉਹ ਲੋਕਾਂ ਨੇ ਮੈਂ ਪੈਸੇ ਵਾਪਸ ਕਰਤੇ ਅਤੇ ਸਾਰਾ ਸ਼ਹਿਰ ਟਕਾਲਾ ਹੋਰ ਇੱਜ਼ਤ ਕਰਦਾ ਮੇਰੀ ਅਤੇ ਬੜਾ ਪਿਆਰ ਦੇਣ ਕਰਦੇ ਆ, ਜਿਹਨੂੰ ਪਿਆਰ ਨਹੀਂ ਕਰਦੇ। ਮੇਰੀ ਹੋਰ ਅਫਸਰ SSP ਸਾਹਿਬ ਨੇ ਮੈਨੂੰ ਦੋ ਵਾਰੀ ਸਨਮਾਨਿਤ ਕੀਤਾ ਵਾ, ਚੰਗੀ ਡਿਊਟੀ ਇਮਾਨਦਾਰੀ ਦੇ ਵਿੱਚ, ਅਤੇ ਮਨ ਖੁਸ਼ ਹੁੰਦਾ ਵਾ ਅਤੇ ਡਿਊਟੀ ਕਰਨ ਦੇ ਨਾਲ ਨਾਲ ਮੇਰਾ ਹੌਸਲਾ ਮਤਲਬ ਵਧਿਆ ਅਤੇ ਮੈਂ ਬਹੁਤ ਮਤਲਬ ਕਿ ਡਿਊਟੀ ਕਰਕੇ ਨਾ ਖੁਸ਼ ਹੁੰਦਾ ਵਾ। ਅਸੀਂ ਡਿਊਟੀ ਇਮਾਨਦਾਰੀ ਅਤੇ ਡਿਊਟੀ ਕਰਨ ਦੇ ਨਾਲ ਸਾਡੇ ਮਹਿਕਮੇ ਦਾ ਸ਼ਾਨ ਸਨਮਾਨ ਵਧਦੀ ਹੈ। ਇਮਾਨਦਾਰੀ ਦੀ ਵੀ ਇਹਦੀ ਮਿਸਾਲ ਹੈ, ਕਾਫੀ ਲੋਕਾਂ ਦੇ ਇੱਥੋਂ ਪਰਸ ਜਾਂ ਹੋਰ ਕੋਈ ਗੁਆਚ ਜਾਂਦਾ ਇਹਨੂੰ ਮਿਲਦੇ ਨੇ, ਉਹਨਾਂ ਨੂੰ ਟਰੇਸ ਕਰਕੇ ਉਹਨਾਂ ਨੂੰ ਲੱਭ ਕੇ ਉਹਦੇ ਹਵਾਲੇ ਕੀਤੇ, ਜਿਹਨੂੰ ਕਾਫੀ ਵਾਰੀ ਸਰਟੀਫਿਕੇਟ ਵੀ ਦਿੱਤੇ ਗਏ ਨੇ। 15 ਅਗਸਤ 'ਤੇ ਇਹਨੂੰ, ਪਿਛਲੀ 26 ਜਨਵਰੀ 'ਤੇ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਇਹਨੂੰ ਹੋਰ ਵੀ ਅਸੀਂ ਇਹਦਾ ਰਿਕਮੈਂਡ ਕਰ ਰਹੇ ਹਾਂ ਵੀ ਜੋ ਵੀ ਨਾਮ ਦਿੱਤਾ ਜਾਏ। ਇਹ ਟ੍ਰੈਫਿਕ ਸਟਾਫ ਦਾ ਮੁਨਸ਼ੀ ਲਾਇਆ ਗਿਆ ਜਿਹਦੇ ਵਿੱਚ ਇਹ ਸਾਰੇ ਟ੍ਰੈਫਿਕ ਸਟਾਫ ਦੀਆਂ ਡਿਊਟੀਆਂ ਲਾਉਂਦਾ, ਉਹ ਡਿਊਟੀਆਂ ਲਾਉਣ ਤੋਂ ਬਾਅਦ ਇਹ ਆਪਣਾ ਜਿਹੜਾ ਕੰਮ ਹੈ ਨਾਲ ਚੌਂਕ 'ਚ ਟ੍ਰੈਫਿਕ ਰੈਗੂਲੇਟ ਕਰਦਾ। ਬਿਲਕੁਲ ਜੀ, ਬਿਲਕੁਲ, ਇਮਾਨਦਾਰ ਪੁਲਿਸ ਵਾਲੇ ਨੂੰ ਤਾਂ ਸੈਲੂਟ ਕਰਨ ਦੇ ਦਿਲ ਕਰਦਾ ਕਿਉਂਕਿ ਆਪਣੀ ਸ਼ਿੱਦਤ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਡਿਊਟੀ ਨਿਭਾ ਰਹੇ ਨੇ ਔਰ ਇਸ ਤਰ੍ਹਾਂ ਦੇ ਬਹੁਤ ਘੱਟ ਲੋਕ ਨੇ ਜੋ ਆਪਣੀ ਡਿਊਟੀ ਨੂੰ ਸਿਰਫ ਤਾਂ ਸਿਰਫ ਡਿਊਟੀ ਸਮਝਦੇ। ਫਾਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।